ਵਿਦਿਆਰਥੀਆਂ ਨੇ ਆਪਣੇ ਸਕੂਲ ਦੀ ਹੀ ਇੱਕ ਅਧਿਆਪਕਾ ਤੇ ਵੱਡੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਦੀ ਮੈਡਮ ਦੇ ਵਿੱਚ ਓਪਰੀ ਸ਼ੈ ਆਉਂਦੀ ਹੈ। ਦਰਅਸਲ ਅਧਿਆਪਕਾ ਨੇ ਇੱਕ ਕਲਾਸ ਦੇ ਸਾਰੇ ਵਿਦਿਆਰਥੀਆਂ ਦੀ ਜੰਮ ਕੇ ਕੁੱਟਮਾਰ ਕੀਤੀ, ਜਿਸ ਦੇ ਕਾਰਨ ਰੋਸ ਦੇ ਵਿੱਚ ਆ ਕੇ ਇਹਨਾਂ ਵਿਦਿਆਰਥੀਆਂ ਨੇ ਰੋਡ ਹੀ ਜਾਮ ਕਰ ਦਿੱਤਾ। ਇਸ ਮੌਕੇ ਬੱਚਿਆਂ ਦਾ ਕਹਿਣਾ ਹੈ ਕਿ ਵੀਰਵਾਰ ਵਾਲੇ ਦਿਨ ਹੀ ਉਹਨਾਂ ਦੀ ਮੈਡਮ ਨੂੰ ਪਰੇਸ਼ਾਨੀ ਹੁੰਦੀ ਹੈ, ਜਿਸ ਦੇ ਚੱਲਦੇ ਉਹ ਬੱਚਿਆਂ ਨੂੰ ਭੱਦੀ ਸ਼ਬਦਾਵਲੀ ਬੋਲਦੀ ਹੈ ਤੇ ਕੁੱਟਮਾਰ ਵੀ ਕਰਦੀ ਹੈ। ਹਾਲਾਂਕਿ ਕੈਮਰੇ ਦੇ ਸਾਹਮਣੇ ਮੈਡਮ ਨੇ ਆਪਣਾ ਗੁਨਾਹ ਕਬੂਲਿਆ ਕਿ ਉਸਨੇ ਕਲਾਸ ਦੇ ਸਾਰੇ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ ਹੈ, ਪਰ ਬੱਚਿਆਂ ਦੇ ਓਪਰੀ ਸ਼ੈ ਵਾਲੇ ਬਿਆਨ ਤੇ ਵੀ ਆਪਣਾ ਪੱਖ ਰੱਖਿਆ। ਇਹ ਮਾਮਲਾ ਲੁਧਿਆਣਾ ਦੇ ਜਮਾਲਪੁਰ ਇਲਾਕੇ ਤੋਂ ਸਾਹਮਣੇ ਆਇਆ, ਜਿੱਥੇ ਜਮਾਲਪੁਰ ਇਲਾਕੇ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਵਿੱਚ ਹੰਗਾਮਾ ਹੋ ਗਿਆ। ਦੱਸਦੇ ਕਿ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨੇ ਸਕੂਲ ਅਧਿਆਪਕ ਤੇ ਬੱਚਿਆਂ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਨੇ ਤੇ ਗੁੱਸੇ ਦੇ ਵਿੱਚ ਆਏ ਪਰਿਵਾਰਕ ਮੈਂਬਰਾਂ ਨੇ ਪੁਲਿਸ ਕਲੋਨੀ ਨੇੜੇ ਚੰਡੀਗੜ੍ਹ ਰੋਡ ਜਾਮ ਕਰ ਦਿੱਤਾ। ਉਧਰ ਮੌਕੇ ਤੇ ਪਹੁੰਚੀ ਥਾਣਾ ਜਮਾਲਪੁਰ ਦੀ ਪੁਲਿਸ ਨੇ ਪ੍ਰਦਰਸ਼ਨਕਾਰੀ ਬੱਚਿਆਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੜਕ ਤੋਂ ਹਟਾ ਦਿੱਤਾ। ਵਿਦਿਆਰਥੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਮੈਡਮ ਨੂੰ ਕੁਝ ਪਰੇਸ਼ਾਨੀ ਹੁੰਦੀ ਹੈ, ਇਸ ਦੇ ਕਾਰਨ ਉਹ ਬਿਨਾਂ ਕੁਝ ਸੋਚੇ ਸਮਝੇ ਉਹਨਾਂ ਨੂੰ ਕੁੱਟਦੀ ਹੈ। ਜਾਣਕਾਰੀ ਦਿੰਦਿਆਂ ਵਿਦਿਆਰਥੀ ਆਯੁਸ਼ ਨੇ ਦੱਸਿਆ ਕਿ ਅਸੀਂ ਕਿਤਾਬ ਲੈ ਕੇ ਪੜ੍ਹ ਰਹੇ ਸੀ ਤਾਂ ਅਚਾਨਕ ਮੈਡਮ ਨੇ ਉਹਨਾਂ ਨੂੰ ਡੰਡੇ ਮਾਰਨੇ ਸ਼ੁਰੂ ਕਰ ਦਿੱਤੇ। ਆਯੁਸ਼ ਨੇ ਦੱਸਿਆ ਕਿ ਅਧਿਆਪਕਾਂ ਨੇ ਪੂਰੀ ਜਮਾਤ ਦੇ ਬੱਚਿਆਂ ਦੀ ਕੁੱਟਮਾਰ ਕੀਤੀ। ਵਿਦਿਆਰਥੀ ਅਨਮੋਲਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਕਲਾਸ ਦੇ ਬਾਹਰ ਖੜੇ ਸੀ, ਇਸ ਦੌਰਾਨ ਕਮਲਜੀਤ ਮੈਡਮ ਨੇ ਆਕਾਸ਼ਦੀਪ ਤੇ ਉਸ ਨੂੰ ਡੰਡਿਆਂ ਦੇ ਨਾਲ ਕੁੱਟਿਆ। ਮੈਡਮ ਨੇ ਬਿਨਾਂ ਕਿਸੇ ਕਾਰਨ ਦੇ ਬੱਚਿਆਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਬਾਅਦ ਸਕੂਲ ਦੀ ਹੈੱਡ ਮੈਡਮ ਨੇ ਉਹਨਾਂ ਨੂੰ ਆ ਕੇ ਬਚਾਇਆ। ਇਸ ਸੰਬੰਧੀ ਸਿੱਖਿਆ ਵਿਭਾਗ ਦੇ DO ਐਲੀਮੈਂਟਰੀ ਰਵਿੰਦਰ ਕੌਰ ਨੇ ਬੱਚਿਆਂ ਨਾਲ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਕੁੱਟਣਾ ਗਲਤ ਹੈ। ਉਹਨਾਂ ਨੇ ਕਿਹਾ ਕਿ ਅੱਜ ਦੇ ਯੁੱਗ ਦੇ ਵਿੱਚ ਓਪਰੀ ਹਵਾ ਆਉਣਾ ਬੇਬੁਨਿਆਦੀ ਗੱਲ ਹੈ। ਉਹਨਾਂ ਨੇ ਕਿਹਾ ਕਿ ਵਿਭਾਗ ਨੂੰ ਪੱਤਰ ਲਿਖਿਆ ਜਾਵੇਗਾ ਕਿ ਅਧਿਆਪਕਾ ਦਾ ਮੈਡੀਕਲ ਟੈਸਟ ਕਰਵਾਇਆ ਜਾਵੇ, ਉਹ ਮਾਨਸਿਕ ਤੌਰ ਤੇ ਬਿਮਾਰ ਹੋ ਸਕਦੀ ਹੈ। ਮਾਮਲੇ ਦੀ ਜਾਂਚ ਕਰਕੇ ਮੈਡਮ ਦੇ ਖਿਲਾਫ ਬਣ ਦੀ ਕਾਰਵਾਈ ਕੀਤੀ ਜਾਵੇਗੀ। ਮੇਰਾ ਨਾਮ ਆਯੁਸ਼ ਕੁਮਾਰ ਹੈ। ਮੈਂ ਅਸੀਂ ਕੱਲ ਬੈਠੇ ਹੋਏ ਸੀਗੇ, ਦੋ ਬੱਚੇ ਸ਼ਰਾਰਤ ਕਰ ਰਹੇ ਸੀਗੇ ਆਪਣੇ 'ਚ, ਤੇ ਅਸੀਂ ਬੈਠੇ ਹੋਏ ਸੀਗੇ। ਮੈਡਮ ਪਹਿਲਾਂ ਉਹਨਾਂ ਨੂੰ ਕੁੱਟਿਆ, ਉਹਨਾਂ ਨੂੰ ਬਹੁਤ ਮਾਰਿਆ। ਫਿਰ ਬਾਅਦ 'ਚ ਅਸੀਂ ਪੜ੍ਹ ਰਹੇ ਸੀਗੇ ਬੁੱਕ ਲੈ ਕੇ, ਮੈਡਮ ਪਿੱਛੋਂ ਆਈ ਡੰਡਾ ਮਾਰਨ ਲੱਗੀ, ਬਹੁਤ ਗੰਦੀ ਗੰਦੀ ਗਾਲਾਂ ਵੀ ਕੱਢੀ ਨੇ ਮੈਡਮ ਦੇ ਨਾਮ ਤੇ ਮੈਮ ਬਹੁਤ ਮਾਰਨ ਲੱਗੀ ਸਾਨੂੰ, ਤੇ ਅਸੀਂ ਕਹੇ ਮੈਮ ਜੀ ਮੈਮ ਸਾਨੂੰ ਛੱਡ ਦਿਓ, ਮੈਡਮ ਛੱਡੇ ਨਹੀਂ ਤੇ ਹੱਡ ਮੈਮ ਸਾਨੂੰ ਆਏ ਬਚਾਏ। ਹੱਡ ਮੈਮ ਦੀ ਬੇਨਤੀ ਹੈ ਕਿ ਉਹਨਾਂ ਨੂੰ ਕੁਛ ਹਾਂਜੀ ਕਮਲਜੀਤ ਮੈਡਮ ਕਿਹੜਾ ਸਬਜੈਕਟ ਆ ਅਸੀਂ ਬੇਨਤੀ ਹੈ ਕਿ ਹੈੱਡ ਮੈਮ ਨੂੰ ਪੁੱਛਣਾ ਕਿਉਂ, ਹੈੱਡ ਮੈਮ ਬਹੁਤ ਅੱਛੇ ਨੇ। ਅੱਗੇ ਕੀ ਕਹਿਣਾ, ਬੱਚੇ ਕਿੰਨੇ ਬੱਚੇ ਕੁੱਟੇ, ਜਿੰਨੇ ਵੀ ਕਲਾਸ ਚ ਸੀਗੇ ਸਾਰਿਆਂ ਨੂੰ ਕੁੱਟੇ।
ਅਸੀਂ ਨਾ ਸਾਈਡ ਤੇ ਖੜੇ ਸੀ ਜੀ, ਅਨਮੋਲ ਅਨਮੋਲਪ੍ਰੀਤ ਸਿੰਘ ਮੇਰਾ ਨਾਮ ਆ, ਪੰਜਵੀਂ ਸੈਕਸ਼ਨ ਚ ਪੜ੍ਹਦਾ ਵਾ। ਅਸੀਂ ਸਾਈਡ ਤੇ ਖੜੇ ਸੀਗੇ, ਹੈ ਨਾ। ਇਹ ਬੱਚੇ ਨਾ ਆਫਿਸ 'ਚ ਜਾ ਰਹੇ ਸੀ, ਅਸੀਂ ਸਾਈਡ 'ਤੇ ਖੜ੍ਹ ਕੇ ਦੇਖ ਰਹੇ ਸੀ ਉਹਨਾਂ ਨੂੰ। ਮੈਡਮ ਆਫਿਸ ਤੋਂ ਬਾਹਰ ਆਈ, ਉਹ ਤੋਂ ਬਾਅਦ ਆਉਂਦੇ ਸਾਰੀ ਮੈਨੂੰ ਵੀ ਮਾਰਨ ਲੱਗ ਗਈ ਅਤੇ ਆਕਾਸ਼ਦੀਪ ਨੂੰ। ਮੇਰੇ ਪਹਿਲਾਂ ਮੋਢੇ 'ਤੇ ਮਾਰਿਆ ਡੰਡਾ, ਫਿਰ ਗਲੇ 'ਤੇ ਮਾਰਿਆ ਗਿਆ, ਅਤੇ ਫਿਰ ਡੰਡਾ ਸੱਟ ਕੇ ਆਕਾਸ਼ਦੀਪ ਨੂੰ ਮਾਰਿਆ ਬਹੁਤ। ਆਕਾਸ਼ਦੀਪ ਨੂੰ ਮਾਰ ਕੇ ਹਾਂਜੀ, ਬੱਚਿਆਂ ਜੋ ਸਾਨੂੰ ਪਤਾ ਲੱਗਿਆ ਵੀ ਟੀਚਰ ਨੇ ਕੱਲ ਕੁੱਟਮਾਰ ਕੀਤੀ ਹੈ, ਅਸੀਂ ਬੱਚਿਆਂ ਨੂੰ ਵੀ ਮਿਲੇ ਹਾਂ, ਅਤੇ ਜੋ ਇਹਦਾ ਟੀਚਰ 'ਤੇ ਕਾਰਵਾਈ ਵੱਧ ਤੋਂ ਵੱਧ ਜੋ ਬਣਦੀ ਹੈ ਉਹ ਅਸੀਂ ਕਰਾਂਗੇ। ਕਿਸੇ ਵੀ ਟੀਚਰ ਨੂੰ ਕੋਈ ਇਹ ਸਾਡੇ ਵੱਲੋਂ ਡਿਪਾਰਟਮੈਂਟ ਵੱਲੋਂ ਇਹ ਬਿਲਕੁਲ ਅਲਾਓ ਨਹੀਂ ਹੈ ਕਿ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਜਾਵੇ, ਕਿਉਂਕਿ ਬੱਚੇ ਇੱਕ ਤਾਂ ਬੜੇ ਛੋਟੇ ਆ, ਸੌਫਟ ਆ, ਬਿਲਕੁਲ ਕੁੱਟਮਾਰ ਦਾ ਤਾਂ ਮਤਲਬ ਹੀ ਨਹੀਂ ਹੈ। ਬਾਕੀ ਪੇਰੈਂਟਸ ਨੂੰ ਅਸੀਂ ਮਿਲ ਲਏ ਆ, ਉਹਨਾਂ ਦੀ ਗੱਲਬਾਤ ਸੁਣ ਲਈ ਹੈ, ਅਤੇ ਜੋ ਵੱਧ ਤੋਂ ਵੱਧ ਕਾਰਵਾਈ ਹੋਏਗੀ ਉਹ ਕੀਤੀ ਜਾਏ। ਦੇਖੋ ਜੀ, ਅੱਜ ਦੇ ਯੁੱਗ ਦੇ ਵਿੱਚ ਇਹਨਾਂ ਚੀਜ਼ਾਂ ਦੀ ਕੋਈ ਇੰਪੋਰਟੈਂਸ ਨਹੀਂ ਹੈਗੀ। ਅੱਜ ਵਿਗਿਆਨ ਦਾ ਯੁੱਗ ਆ, ਅਗਰ ਉਹਨਾਂ ਨੂੰ ਕੋਈ ਪ੍ਰੋਬਲਮ ਆ ਤਾਂ ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਸਾਈਕੈਟਰੀ ਕਿਸੇ ਡਾਕਟਰ ਨੂੰ ਮਿਲਣਾ ਚਾਹੀਦਾ। ਇਹ ਮੈਂ ਵਿਭਾਗ ਨੂੰ ਵੀ ਜ਼ਰੂਰ ਲਿਖੂੰਗੀ ਕਿ ਉਹਨਾਂ ਦਾ ਮੈਡੀਕਲ ਚੈੱਕਅਪ ਹੋਵੇ, ਦੇਖਿਆ ਜਾਵੇ ਕਿ ਉਹਨਾਂ ਨੂੰ ਮਾਨਸਿਕ ਤੌਰ 'ਤੇ, ਮੈਨੂੰ ਜੋ ਸਮਝ ਆਉਂਦੀ ਆ ਕਿ ਉਹਨਾਂ ਨੂੰ ਮਾਨਸਿਕ ਤੌਰ 'ਤੇ ਕੋਈ ਪ੍ਰੋਬਲਮ ਹੋਏਗੀ, ਇਹੋ ਜਿਹੀਆਂ ਗੱਲਾਂ ਨੂੰ ਮੇਰੇ ਖਿਆਲ 'ਚ ਅੱਜ ਦੇ ਯੁੱਗ ਦੇ ਵਿੱਚ ਮੰਨਣ ਦਾ ਕੋਈ ਜ਼ਰੂਰਤ ਨਹੀਂ। ਉਲੰਘਣਾ ਕੀਤੀ ਗਈ ਹੈ, ਸੁਪਰੀਮ ਕੋਰਟ ਵੱਲੋਂ ਵੀ ਇੱਕ ਆਰਡਰ ਪਾਸ ਹੋਈ ਸੀ ਕਿ ਸਕੂਲ ਦੇ ਵਿੱਚ ਪ੍ਰਾਇਮਰੀ ਸਕੂਲ ਜਿਹੜੇ ਹੁਣ ਕਿਹੜੇ ਵੀ ਸਕੂਲ ਹੋਣ, ਜਿਹੜੇ ਕਨਵੈਂਟ ਵੀ ਹੋਣ ਅਤੇ ਜਿਹੜੇ ਮਰਜ਼ੀ ਹੋਣ, ਉਹਨਾਂ 'ਤੇ ਬੱਚਿਆਂ ਦੇ ਉੱਤੇ ਹੱਥ ਨਹੀਂ ਚੱਕਿਆ ਜਾਊਗਾ, ਬਿਲਕੁਲ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ। ਬਿਲਕੁਲ ਜੀ, ਜੋ ਵੀ ਵੱਧ ਤੋਂ ਵੱਧ ਬਣਦੀ ਕਾਰਵਾਈ ਆ ਉਹ ਅਸੀਂ ਕਰਾਂਗੇ, ਅਤੇ ਜੋ ਤੁਸੀਂ ਗੱਲ ਕਹਿ ਰਹੇ ਹੋ ਵੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਬਿਲਕੁਲ ਹੈਗੀਆਂ ਵਾ, ਔਰ ਇਹਦੇ 'ਤੇ ਡਿਪਾਰਟਮੈਂਟ ਪੂਰਾ ਉਹਨੂੰ ਇੰਪਲੀਮੈਂਟ ਕਰ ਰਿਹਾ ਵਾ। ਕਿਸੇ ਵੀ ਟੀਚਰ ਨੂੰ ਕੋਈ ਰਾਈਟ ਨਹੀਂ ਹੈ ਬੱਚੇ ਦੇ ਉੱਤੇ ਹੱਥ ਚੱਕਣ ਦਾ, ਕੋਰਪੋਰਲ ਪਨਿਸ਼ਮੈਂਟ ਦੇਣ ਦਾ ਕੋਈ ਰਾਈਟ ਨਹੀਂ। ਸੋ ਉਸ ਕਾਨੂੰਨ ਦੇ ਮੁਤਾਬਕ ਜੋ ਵੀ ਇਹਨਾਂ 'ਤੇ ਵੱਧ ਤੋਂ ਵੱਧ ਬਣਦੀ ਕਾਰਵਾਈ ਹੋਏਗੀ ਉਹ ਅਸੀਂ ਕਰਾਂਗੇ। ਕਿੰਨੇ ਕੁ ਬੱਚੇ ਨੇ ਜਿਨ੍ਹਾਂ ਨੂੰ ਪ੍ਰਾਰਥ ਕੀਤਾ ਗਿਆ ਕੁੱਟਮਾਰ ਕੀਤੀ ਗਈ, ਜਿਨ੍ਹਾਂ ਨਾਲ ਕਹਿੰਦੇ ਆ 10-15 ਬੱਚੇ? ਕਿੰਨੇ ਵਜੇ ਦਾ ਵਾਕਿਆ ਮੈਮ ਸਕੂਲ ਦੇ ਅੰਦਰ ਕਿੰਨੇ ਵਜੇ ਦਾ ਵਾਕਿਆ? ਇਹ ਰਿਸੈਸ ਤੋਂ ਪਹਿਲੇ ਕਿੰਨੇ ਟਾਈਮ, 11 ਵਜੇ ਤੋਂ ਪਹਿਲੇ ਦਾ? ਪੇਰੈਂਟਸ ਨੂੰ ਮਿਲੇ ਆ, ਅਸੀਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਔਰ ਉਹ ਸਮਝ ਗਏ ਆ
ਕੇ ਅਸੀਂ ਕਾਰਵਾਈ ਕਰਾਂਗੇ। ਹਾਂਜੀ, ਕਾਰਵਾਈ ਕੀ ਅਮਲ ਚ ਲੈਂਦੀ ਜਾਊਗੀ? ਤੁਹਾਡੇ ਵੱਲੋਂ ਇੱਕ ਜਵਾਬ ਚਾਹੀਦਾ। ਦੇਖੋ ਜੀ, ਵੱਧ ਤੋਂ ਵੱਧ ਜੋ ਅਸੀਂ ਕਾਰਵਾਈ ਕਰਾਂਗੇ ਉਹ ਤੁਹਾਡੇ ਸਾਹਮਣੇ ਆ ਜਾਊਗੀ, ਤੁਹਾਡੇ ਸਾਹਮਣੇ ਆ ਜਾਊਗੀ। ਅਜੇ ਮੈਂ ਕੁਛ ਨਹੀਂ, ਨੌਕਰੀ ਚ ਕੱਢਣ ਦਾ ਮੇਰੇ ਕੋਈ ਰਾਈਟ ਨਹੀਂ ਹੈਗਾ ਜੀ। ਉਹ ਅਸੀਂ ਡਿਪਾਰਟਮੈਂਟ ਨੂੰ ਉੱਪਰ ਦੇਵਾਂਗੇ ਜੋ ਵੱਧ ਤੋਂ ਵੱਧ। ਜਦੋਂ ਹੋਰ ਬੱਚੇ ਨਾਲ ਕੁੱਟਮਾਰ ਕਰ ਲਈ ਫਿਰ ਡਿਪਾਰਟਮੈਂਟ? ਨਹੀਂ 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 ਜੀ, ਅੱਜ ਹੀ ਕਾਰਵਾਈ ਹੋਈ। ਚਲੋ, ਅੱਜ ਹੀ ਕਾਰਵਾਈ। ਹਾਂਜੀ ਅੱਜ ਹੀ ਅੱਜ ਹੀ। ਮੇਰਾ ਨਾਮ ਕਮਲਜੀਤ ਕੌਰ ਆ। ਮੈਡਮ, ਤੁਹਾਡੇ ਤੇ ਇਲਜ਼ਾਮ ਆ ਕਿ ਤੁਸੀਂ ਬੱਚਿਆਂ ਨਾਲ ਮਾਰਪੀਟ ਕੀਤੀ ਹੈ। ਹਾਂਜੀ, ਕੀ ਗੱਲ ਹੋ ਗਈ? ਇਹਨੇ ਮੈਂ ਵਾਤਾਵਰਣ ਦਾ ਲੈਸਨ ਪੜ੍ਹਾਉਂਦੀ ਸੀਗੀ, ਵਧਾਇਆ ਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਇੱਕ ਬੱਚੀ ਦੇ ਨਾਲ ਉਹਦੀ ਮੰਮੀ ਮੇਰੇ ਕੋਲ ਆਈ, ਮੈਂ ਉਹਦੀ ਜਿਹੜੀ ਸ਼ਿਕਾਇਤ ਸੀ ਦਰਜ ਕੀਤੀ ਡਾਇਰੀ ਦੇ ਉੱਤੇ। ਬੱਚੇ ਨੂੰ ਡਾਂਟਿਆ ਫਟਕਾਰਿਆ ਅਤੇ ਮੈਡਮ ਨੂੰ ਕਿਹਾ ਕਿ ਬੱਚੇ ਦਾ ਨਾਮ ਕੱਟ ਦਿਓ। ਮੈਡਮ ਨੇ ਬੱਚੇ ਦਾ ਨਾਮ ਨਹੀਂ ਕੱਟਿਆ। ਬਾਈ ਚਾਂਸ ਕਿਸੇ ਕੁੜੀ ਨਾਲ ਕੋਈ ਗਲਤ ਹਰਕਤ ਹੋ ਜਾਂਦੀ ਹੈ ਤਾਂ ਕੌਣ ਰਿਸਪੋਂਸੀਬਲ ਆ? ਕਲਾਸ ਟੀਚਰ ਨਾ, ਕਲਾਸ ਟੀਚਰ ਰਿਸਪੋਂਸੀਬਲ ਆ। ਜੇ ਮੈਂ ਉਹਨਾਂ ਨੂੰ ਕੁਛ ਮਾਰਤਾ, ਥੱਪੜ ਲਗਾਏ ਜਾਂ ਡੰਡੇ ਲਗਾਏ, ਮੈਂ ਉਹਨਾਂ ਨੂੰ ਸਹੀ ਰਸਤੇ 'ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਆ, ਨਾ ਕਿ ਮੈਂ ਉਹਨਾਂ ਨੂੰ ਗਲਤ ਰਾਹ 'ਤੇ ਤੋਰ ਰਹੀ ਹਾਂ। ਬੱਚੇ ਕਹਿ ਰਹੇ ਕਿ ਤੁਸੀਂ ਉਹਨਾਂ ਨੂੰ ਕਿਹਾ ਕਿ ਮੈਨੂੰ ਵੀਰਵਾਰ ਨੂੰ ਚੌਂਕੀ ਆ? ਮੈਨੂੰ ਕੀ ਜ਼ਰੂਰਤ ਆ ਕਹਿਣ ਦੀ ਜੀ, ਮੈਂ ਕਹਾਂ ਬੈਕਅਪ ਲਾਉਂਗੀ ਚੌਂਕੀ? ਮੈਂ ਤਾਂ ਸਕੂਲ 'ਚ ਆਉਂਦੀ ਹਾਂ। ਬੱਚੇ ਝੂਠ ਬੋਲਦੇ? ਮਤਲਬ ਜੇ ਮੈਂ ਚੌਂਕੀ ਲਾਉਂਦੀ ਹੋਵਾਂ, ਮੈਂ ਘਰੇ ਛੁੱਟੀ ਲੈ ਕੇ ਬੈਠਾਂ? ਮਤਲਬ ਤੁਹਾਡੇ ਕਹਿੰਦਾ ਮਤਲਬ ਬੱਚੇ ਝੂਠ ਬੋਲ ਰਹੇ ਆ? ਹਾਂਜੀ। ਮੈਂ ਇੱਕ ਹੋਰ ਸੀਗੇ ਕਹਿੰਦੇ ਪਏ ਸੀ ਤੁਹਾਡੇ ਨਾਲ ਇੱਕ ਲੇਡੀਜ਼ ਹੋਰ ਸੀਗੀ ਜਿਨ੍ਹਾਂ ਨੇ ਬੱਚਿਆਂ 'ਤੇ ਵੀ ਹਮਲਾ ਕੀਤਾ, ਉਹਨਾਂ ਨਾਪੇ 'ਤੇ ਵੀ ਹਮਲਾ ਕੀਤਾ, ਮੋਬਾਈਲ ਤੋੜਿਆ ਤਾਂ ਉਹਨਾਂ ਦਾ ਮਿਡਲ ਲੇਡੀਜ਼? ਕੋਈ ਨਹੀਂ ਜੀ, ਮੋਬਾਈਲ ਤੋੜਿਆ ਉਹਨਾਂ ਦੇ, ਉਹਨਾਂ ਨੇ ਗਲਾ ਫੜਿਆ ਵਾ, ਗਲੇ ਤੋਂ ਉਹਨਾਂ ਦੇ ਸਕਰੈਚਸ ਪਏ ਨੇ, ਨੌਂ ਮਾਰੇ ਹੋਏ ਨੇ। ਉਹਨਾਂ ਨੇ ਆਪਦਾ ਮੈਡੀਕਲ ਕਰਾਉਣ ਗਏ ਨੇ, ਜਦੋਂ ਉਹਨਾਂ ਦਾ ਮੈਡੀਕਲ ਹੋ ਜੂਗਾ ਫਿਰ ਪਤਾ ਲੱਗ ਜੂਗਾ ਤੁਹਾਨੂੰ ਹਕੀਕਤ ਕੀ ਆ। ਉਹ ਉਹਨਾਂ ਨੂੰ ਬਾਂਝ ਕਹਿ ਰਹੀ ਆ, ਉਹਨਾਂ ਨੂੰ ਬਾਂਝ ਕਹਿ ਰਹੀ ਆ, ਖੁਸਰੀ ਕਹਿ ਰਹੀ ਆ, ਗਾਲਾਂ ਕੱਢ ਰਹੀ ਆ। ਸਾਰੇ ਪੇਰੈਂਟਸ ਨੂੰ ਪੈਸੇ ਦੇ ਕੇ ਸੱਦਿਆ ਗਿਆ, ਕਿਉਂਕਿ ਮੈਂ ਸਕੂਲ ਦੇ ਵਿੱਚ ਪੈਸੇ ਨਹੀਂ ਦਿੰਦੀ। ਹਰੇਕ ਮਹੀਨੇ ਦਾ ਸਾਨੂੰ ਜੁਰਮਾਨਾ ਲੱਗਿਆ ਵੀ ਅਸੀਂ 500 ਰੁਪਈਆ ਜਮ੍ਹਾਂ ਕਰਾਉਣਾ। 2 ਸਾਲ ਤੱਕ ਮੈਂ 500 ਰੁਪਈਆ ਜਮ੍ਹਾਂ ਕਰਾਉਂਦੀ ਰਹੀ ਹਾਂ, ਜਦੋਂ ਦਾ ਮੈਂ 500 ਰੁਪਈਆ ਜਮ੍ਹਾਂ ਕਰਾਉਣਾ ਬੰਦ ਕਰਤਾ, ਜਦੋਂ ਦੇ ਸਾਰਾ ਸਟਾਫ ਮੇਰੇ ਨਾਲ ਲੱਗਦਾ ਵਾ। ਕੀ ਕਾਰਨ ਹੈ ਕਿ ਪੂਰੇ ਸਕੂਲ ਦੇ ਬੱਚੇ ਤੁਹਾਡੇ ਖਿਲਾਫ ਹੋ ਗਏ? ਪੂਰੇ ਸਕੂਲ ਦੇ ਨਹੀਂ ਜੀ, ਮੇਰੀ ਕਲਾਸ ਦੇ ਨੇ। ਪਰ ਉਹ ਸਾਰੇ ਬੱਚਿਆਂ ਨੂੰ ਕੁੱਟਿਆ ਗਿਆ? ਸਾਰਿਆਂ ਨੂੰ ਕੁੱਟਿਆ ਗਿਆ। ਮੈਡਮ, ਤੁਹਾਨੂੰ ਦੱਸਿਆ ਜੀ ਕਿਹੜਾ ਵਰਡ ਬੋਲ ਰਹੇ ਆ? ਜੇ ਕਿਸੇ ਲੜਕੀ ਨਾਲ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਤਾਂ ਕੌਣ ਜ਼ਿੰਮੇਵਾਰ ਹੈ? ਮੈਂ ਜ਼ਿੰਮੇਵਾਰ ਹਾਂ। ਜਦੋਂ ਮੈਂ ਇਹਨਾਂ ਨੂੰ ਕੱਲ੍ਹ ਮੈਂ ਕਲਾਸ 'ਚ ਵੀ ਬੱਚਿਆਂ ਨੂੰ ਕਿਹਾ, ਮੈਂ ਆਪਣੇ ਪੇਰੈਂਟਸ ਸੱਦ ਲਿਆ, ਮੈਂ ਸਾਰਿਆਂ ਨੂੰ ਰਿਸਪੋਂਸ ਦਊਂਗੀ, ਸਾਰਿਆਂ ਨੂੰ ਮੈਂ ਸੈਟਿਸਫਾਈ ਕਰੂੰਗੀ। ਮੇਰੇ ਕੋਲ ਨੰਬਰ ਹੀ ਨਹੀਂ ਹੈਗਾ ਕਿਉਂਕਿ ਮੇਰੇ ਕੋਲ ਕਲਾਸ ਨਹੀਂ ਸੀਗੀ। ਹਾਂਜੀ, ਹੈਡ ਟੀਚਰ ਨੂੰ ਬਹੁਤ ਵਾਰ ਦੱਸਿਆ ਵਾ, ਬਹੁਤ ਵਾਰ, ਕੋਈ ਕਾਰਵਾਈ ਨਹੀਂ ਕੀਤੀ। ਸਰ, ਕੋ ਮਾਮਲਾ ਪਹੁੰਚ ਗਿਆ ਬੱਚੇ ਦੀ ਮਾਰਕਵਰਡ ਦਾ, ਕਿਵੇਂ ਦੇਖਦੇ ਹੋ ਕਿ ਉਹਨਾਂ ਨੂੰ ਕੀ ਰਿਪਲਾਈ ਦਊਂਗੇ? ਮੈਂ ਤਾਂ ਜੀ ਮਾਫੀ ਮੰਗ ਸਕਦੀ ਹਾਂ, ਹੋਰ ਮੇਰੇ ਕੋਈ ਸੋਲੂਸ਼ਨ ਨਹੀਂ ਹੈਗਾ। ਤੁਹਾਡੀ ਇੱਥੇ ਪੋਸਟ ਕੀ ਹੈ? ETT ਟੀਚਰ। ਹਾਂਜੀ।